ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਥੀਓ ਵਿਭਾਗ ਵੱਲੋਂ ਇੱਕ ਲੈਟਰ ਜਾਰੀ ਕੀਤੀ ਗਈ ਹੈ ਕਿ ਜੋ ਨਾਨ ਬੋਰਡ ਕਲਾਸਸ ਹਨ 6ਵੀਂ 7ਵੀਂ 9ਵੀਂ 11ਵੀਂ ਇਹਨਾਂ ਦੇ ਜੋ ਮਾਰਚ 2023 ਦੇ ਮਾਰਕਸ ਹਨ ਉਹ ਆਪਾਂ ਈ ਪੰਜਾਬ ਦੇ ਉੱਪਰ ਅਪਲੋਡ ਕਰਨੇ ਹਨ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਇਹ ਮਾਰਕਸ ਆਪਾਂ ਕਿਸ ਤਰ੍ਹਾਂ ਈ ਪੰਜਾਬ ਤੇ ਅਪਲੋਡ ਕਰ ਸਕਦੇ ਹਾਂ ਇਸ ਸਭ ਤੋਂ ਪਹਿਲਾਂ ਆਪਾਂ ਉਹ ਲੈਟਰ ਪੜ੍ਹਦੇ ਹਾਂ ਜਿਸ ਲੈਟਰ ਦੇ ਤਹਿਤ ਆਪਾਂ ਨੂੰ ਕਿਹਾ ਗਿਆ ਹੈ ਕਿ ਇਹ ਸਾਰੇ ਜਮਾਤਾਂ ਦੇ ਜੋ ਨੰਬਰ ਹਨ ਉਹ ਤੁਸੀਂ ਈ ਪੰਜਾਬ ਪੋਰਟਲ ਤੇ ਅਪਲੋਡ ਕਰਨੇ ਹਨ ਜੀ ਤੇ ਪਹਿਲਾਂ ਲੈਟਰ ਪੜ੍ਹਦੇ ਹਾਂ ਤੇ ਫਿਰ ਦੇਖਦੇ ਹਾਂ ਕਿ ਇਸ ਨੂੰ ਆਪਾਂ ਕਿਸ ਤਰ੍ਹਾਂ ਅਪਲੋਡ ਕਰ ਸਕਦੇ ਹਾਂ ਜੀ ਇਹ ਜੋ ਹੈ ਲੈਟਰ ਹੈ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਹੀ ਹੈ ਜੀ ਤੇ ਇਸ ਦਾ ਆਪਣੇ ਕੋ ਵਿਸ਼ਾ ਕੀ ਹੈ ਜੀ ਜੋ ਨੌਨ ਬੋਰਡ ਜਮਾਤਾਂ ਹਨ 6ਵੀਂ 7ਵੀਂ 9ਵੀਂ ਅਤੇ 11ਵੀਂ ਇਹਨਾਂ ਦੇ ਜੋ ਸਲਾਨਾ ਪੇਪਰ ਹਨ ਮਾਰਚ 2023 ਦੇ ਜੂਰੀ ਵਿਸ਼ਿਆਂ ਦੇ ਅੰਕਾਂ ਨੂੰ ਈ ਪੰਜਾਬ ਪੋਰਟਲ ਤੇ ਦਿੱਤੇ ਲਿੰਕ ਰਾਹੀਂ ਦਰਜ ਕਰਨ ਸੰਬੰਧੀ ਤੇ ਦੇਖੋ ਲਿਟਰ ਦੇ ਵਿੱਚ ਆਪਾਂ ਨੂੰ ਕੀ ਕੀ ਹਦਾਇਤਾਂ ਦਿੱਤੀਆਂ ਹੋਈਆਂ ਹਨ ਜੀ ਤੇ ਈ ਪੰਜਾਬ ਪੋਰਟਲ ਦੇ ਉੱਪਰ ਕਿੱਥੇ ਆਪਾਂ ਇਸ ਨੂੰ ਦਰਜ ਕਰਨਾ ਹੈ ਦੇਖੋ ਈ ਪੰਜਾਬ ਪੋਰਟਲ ਤੇ ਅੰਕ ਦਰਜ ਕਰਨ ਲਈ ਲੌਗਇਨ ਮੀਨੂ ਦੇ ਵਿੱਚ ਐਗਜ਼ਾਮ ਲੌਗਇਨ ਤੇ ਕਲਿੱਕ ਕਰਨਾ ਹੈ ਪਹਿਲਾਂ ਜੀ ਤੇ ਅਤੇ ਪਹਿਲਾਂ ਪ੍ਰੀ ਬੋਰਡ ਪ੍ਰੀਖਿਆ ਦੇ ਅੰਕ ਦਰਜ ਕਰਨ ਲਈ ਇਹ ਵਰਤਿਆ ਗਿਆ ਸੀ ਉਸੇ ਦੇ ਵਿੱਚ ਹੀ ਆਪਾਂ ਹੁਣ ਜੋ ਨਾਨ ਬੋਰਡ ਕਲਾਸਿਸ ਹਨ ਉਹਨਾਂ ਦੇ ਅੰਕ ਵੀ ਉੱਥੇ ਹੀ ਜਾ ਕੇ ਆਪਾਂ ਅਪਲੋਡ ਕਰਨੇ ਹਨ ਜੀ ਲੌਗਇਨ ਆਈਡੀ ਤੇ ਪਾਸਵਰਡ ਭਰ ਕੇ ਲੌਗਇਨ ਕਰ ਲੈਣਾ ਹੈ ਇਹ ਲੌਗਇਨ ਆਈਡੀ ਤੇ ਪਾਸਵਰਡ ਤੁਹਾਡਾ ਸੇਮ ਹੀ ਰਹੇਗਾ ਜੋ ਤੁਸੀਂ ਪ੍ਰੀ ਬੋਰਡ ਅੰਕ ਜਦੋਂ ਭਰੇ ਸਨ ਉਹ ਵੜਾ ਤੇ ਆਪ ਹੁਣ ਨੈਕਸਟ ਦੇਖਦੇ ਹਾਂ ਜੀ ਇਸ ਸੰਬੰਧੀ ਨਾਲ ਇੱਕ ਆਪਾਂ ਨੂੰ ਕੁਝ ਐਸਓਪੀ ਵੀ ਜਾਰੀ ਕੀਤੇ ਗਏ ਹਨ ਉਹ ਨਾਲ ਹੀ ਨੱਥੀਆਂ ਹਨ ਇਸ ਨੂੰ ਅੱਗੇ ਦੇਖਦੇ ਹਾਂ ਜੀ ਤੇ ਇਹਨਾਂ ਜੋ ਸਲਾਨਾ ਪ੍ਰੀਖਿਆਵਾਂ ਦੇ ਜੋ ਅੰਕ ਖਾਨ ਉਹਨਾਂ ਨੂੰ ਮਿਤੀ 26 ਪੰਜ ਤੱਕ ਦਰਜ ਕਰਾਉਣਾ ਯਕੀਨੀ ਬਣਾਇਆ ਜਾਵੇ ਜੀ ਤੇ ਇਹ ਦੇਖੋ ਜੀ ਹੁਣ ਆਪਣੇ ਕੋ ਕਿਸ ਤਰ੍ਹਾਂ ਆਪਾਂ ਉਸ ਦੇ ਵਿੱਚ ਲੌਗਇਨ ਕਰਨਾ ਹੈ ਜੀ ਤੇ ਦੇਖੋ ਪਹਿਲਾਂ ਆਪਾਂ ਈ ਪੰਜਾਬ ਤੇ ਲੌਗਇਨ ਦੇ ਵਿੱਚ ਜੋ ਪ੍ਰੀ ਬੋਰਡ ਦਾ ਲਿੰਕ ਹੈ ਪ੍ਰੀ ਬੋਰਡ ਦੇ ਮਾਰਕਸ ਐਂਟਰੀ ਹੈ ਉਸ ਤੇ ਕਲਿੱਕ ਕਰਨਾ ਹੈ ਜੀ ਤੇ ਕਲਿੱਕ ਕਰਕੇ ਆਪਣੇ ਕੋ ਇਸ ਤਰ੍ਹਾਂ ਦਾ ਜੋ ਪੇਜ ਹੋ ਖੁੱਲ ਜਾਏਗਾ ਇੱਥੇ ਆਪਾਂ ਯੂਜ਼ਰ ਆਈਡੀ ਪਾਸਵਰਡ ਤੇ ਕੈਪਚਾ ਕੋਡ ਜੋ ਫਿਲ ਕਰ ਦੇਣਾ ਹੈ ਜੀ ਫਿਲ ਕਰਕੇ ਆਪਣੇ ਕੋ ਇਸ ਤਰ੍ਹਾਂ ਦਾ ਪੇਜ ਖੁੱਲ ਜਾਏਗਾ ਜੀ ਤੇ ਉਹ ਜਗ੍ਹਾ ਤੇ ਆਪਾਂ ਹੁਣ ਕਲਾਸ ਨੂੰ ਸਿਲੈਕਟ ਕਰਨਾ ਹੈ ਕਲਾਸ ਆਪਣੇ ਕੋ ਆ ਜਾਏਗੀ 6ਵੀਂ 7ਵੀਂ 9ਵੀਂ ਅਤੇ 11ਵੀਂ ਤੇ ਜਿਹੜੀ ਵੀ ਕਲਾਸ ਦਾ ਤੁਸੀਂ ਮਾਰਕਸ ਐਂਟਰ ਕਰਨੇ ਹਨ ਉਹ ਕਲਾਸ ਨੂੰ ਤੁਸੀਂ ਸਿਲੈਕਟ ਕਰ ਲੈਣੇ ਹਨ ਤੇ ਉਹਨਾਂ ਦੇ ਤੁਸੀਂ ਮਾਰਕਸ ਐਂਟਰ ਕਰ ਦੇਣੇ ਹਨ ਇਹ ਦੇਖੋ ਜੀ ਐਂਟਰ ਮਾਰਕਸ ਦੀ ਆਪਣੇ ਕੋ ਬਣੀ ਹੋਈ ਹੈ ਆਪਸ਼ਨ ਤੇ ਇੱਥੇ ਜਾ ਕੇ ਤੁਸੀਂ ਮਾਰਕਸ ਐਂਟਰ ਕਰ ਦੇਣੇ ਹਨ ਜੀ ਤੇ ਉਹਨਾਂ ਨੂੰ ਤੁਸੀਂ ਅਪਡੇਟ ਕਰ ਦੇਣਾ ਹੈ ਅਪਡੇਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਤੇ ਤੁਹਾਡੇ ਜੋ ਹੈ ਉਹ ਨੰਬਰ ਕੀ ਹੋ ਜਾਣਗੇ ਬੱਚਿਆਂ ਦੇ ਅਪਲੋਡ ਹੋ ਜਾਣਗੇ ਜੀ ਪੋਰਟਲ ਤੇ ਤੇ ਆ ਹੁਣ ਆਪਾਂ ਇਸ ਨੂੰ ਐਕਚੁਅਲ ਵਿੱਚ ਕਰਕੇ ਦੇਖਦੇ ਹਾਂ ਕਿ ਈ ਪੰਜਾਬ ਪੋਰਟਲ ਦੇ ਉੱਪਰ ਆਪਣੇ ਕੋ ਮਾਰਕਸ ਅਪਲੋਡ ਕਿਸ ਤਰ੍ਹਾਂ ਕਰਨੇ ਹਨ ਜੀ ਹੁਣ ਆਪਾਂ ਕੀ ਕਰਨਾ ਹੈ ਹੁਣ ਜੋ Google ਹੋਮ ਪੇਜ ਹੈ ਉਸ ਨੂੰ ਆਪਾਂ ਖੋਲਣਾ ਹੈ Google ਦਾ ਜੋ ਸਰਚ ਇੰਜਨ ਹੈ ਉਸ ਨੂੰ ਆਪਾਂ ਖੋਲਣਾ ਹੈ ਤੇ ਉੱਥੇ ਆਪਾਂ ਟਾਈਪ ਕਰਨਾ ਹੈ ਜੀ ਈ ਪੰਜਾਬ ਈ ਪੰਜਾਬ ਤੇ ਕਲਿੱਕ ਕਰਕੇ ਆਪਾਂ ਉਸ ਨੂੰ ਸਰਚ ਕਰ ਲੈਣਾ ਹੈ ਜੀ ਸਰਚ ਕਰਨਾ ਹੈ ਤੇ ਜੋ ਪਹਿਲਾ ਆਪਣੇ ਕੋਲ ਈ ਪੰਜਾਬ ਦਾ ਜੋ ਪਹਿਲਾ ਲਿੰਕ ਹੋਏਗਾ ਉਸ ਲਿੰਕ ਤੇ ਆਪਾਂ ਕਲਿੱਕ ਕਰ ਦੇਣਾ ਹੈ ਤੇ ਦੇਖੋ ਆਪਣੇ ਕੋਲ ਨੈਕਸਟ ਕੀ ਨੈਕਸਟ ਵਿੰਡੋ ਖੁੱਲ ਜਾਏਗੀ ਤੇ ਹੁਣ ਆਪਣੇ ਕੋਲ ਇਸ ਤਰ੍ਹਾਂ ਦੀ ਵਿੰਡੋ ਖੁੱਲ ਜਾਏਗੀ ਜੀ ਤੇ ਇਸ ਜਗ੍ਹਾ ਤੇ ਦੇਖੋ ਆਪਾਂ ਕਲਿੱਕ ਕਰਨਾ ਹੈ ਜੀ ਜੋ ਲੌਗਇਨ ਹੈ लॉगिन पे क्लिक कर देना है लॉगिन पर क्लिक करके नीचे एक देखो ऑप्शन आ रही है प्री बोर्ड लॉगिन, इस जगह अपना क्लिक कर देना है तो ये अपने को नैक्सट विंडो इस तरह की खुल जाएगी जी तो इतना यूजर आई डी पासवर्ड तो कोड जो है वो एंटर कर देना है देखो जी एंटर वाले तो जाके आप देखो एंटर कोड कर देना है कैप्चा कोड जो नीचे लिखा है उसनों आप कर देना है जी कैप्चा कोड अपने को देखो जी थ्री सैवन वन थ्री जीरो एट तो इस ते क्लिक कर देना है नैक्सट ऑप्शन के उपर तो इसग इन कर देना है जी लॉग इन करके अपने को आ जाएगा वेलकम टू एग्जाम पोर्टल लिखे आएगा जी तो इस जगह पर आप जो इधर दे देखो ऑप्शन लिखी हुई है फाइनल एग्जाम फाइनल एग्जाम के उपर क्लिक कर देना है तो मार्क्स एंट्री उपर क्लिक कर देना है ते 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 तो इतने जो आप ऑप्शन से क्लिक कर रहे हाँ ਏ ਦੇਖੋ ਆਪਾਂ ਆਪਸ਼ਨ ਤੇ ਇੱਥੇ ਕਲਿੱਕ ਕਰ ਰਹੇ ਹਾਂ ਲੇਕਿਨ ਹਜੇ ਆਪਣੇ ਕੋ ਜੋ ਕਲਾਸ ਹੈ ਉਹ ਸ਼ੋ ਨਹੀਂ ਹੋ ਰਹੀ ਹੈ ਤੇ ਇਹ ਹੋਪ ਹੈ ਕਿ ਇਹ ਆਪਾਂ ਦੇਖੋ ਸੇਮ ਕਲਿੱਕ ਕੀਤਾ ਹੈ ਸ਼ੋ ਦੇ ਉੱਪਰ ਸ਼ੋ ਦੇ ਉੱਪਰ ਕਲਿੱਕ ਕਰਕੇ ਵੀ ਆਪਣੇ ਕੋ ਕੁਝ ਨਹੀਂ ਆ ਰਿਹਾ ਤੇ ਕਲਾਸ ਦੇ ਉੱਪਰ ਵੀ ਕਲਿੱਕ ਕਰ ਦਿਆਂ ਤੇ ਕੁਝ ਵੀ ਆਪਣੇ ਕੋ ਡ੍ਰੌਪ ਡਾਊਨ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ ਇਟ ਮੀਨ ਇਹ ਜਲਦੀ ਹੀ ਆਪਣੇ ਕੋ ਇੱਥੇ ਕਲਾਸ ਸ਼ੋ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਤੁਸੀਂ ਮਾਰਕਸ ਫਿਲ ਕਰ ਸਕਦੇ ਹੋ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜੋ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜੂਪਸ ਕਰ ਦੇਣਾ ਧੰਨਵਾਦ